अमृतसर शहर विच अमन कानून अते शांति नूं प्रभावशाली ढंग नाल बनाए रखण लई मिति 19/3/2023 नूं ADCP सिटी 1 डॉक्टर महताब सिंह IPS अमृतसर दी अगवाही हेठ श्री सुरिंदर सिंह ACP केंद्रीय मुख अफसर थाना ECD डिवीजन गेट हकीमा अते इस्लामाबाद अमृतसर समेत ARF दीआं दो कंपनियां अते लोकल पुलिस कुल 500 जवानां दे नाल जोन 1 दे इलाका विरासती मार्ग हाल गेट कटड़ा जैमल सिंह रामबाग वर्ल्ड सिटी दे अंदरूनी एरिया गेट हकीमा इस्लामाबाद आदि एरिया विच फ्लैग मार्च कढ़िया गया अते पब्लिक नूं अपील कीती कि किसी भी तरह दीआं अफवाहां ते यकीन ना करन अते शांति अते सद्भावना बनाई रखन। पुलिस अपने नागरिकां लई 24 घंटे सेवा लई तत्पर है। नौ स्टार TV दी इह रिपोर्ट। ਥਾਣਿਆਂ ਦੀ ਵੀ ਅਰਾਊਂਡ 250 ਦੇ ਅਰਾਊਂਡ ਫੋਰਸ ਇਕੱਠੀ ਕੀਤੀ ਹੈਗੀ ਹੈ। ਸਾਡੇ ਕੋਲ 2 RAF ਦੀ ਕੰਪਨੀਆਂ ਹੈਗੀਆਂ ਜਿਹ 'ਚ ਅਰਾਊਂਡ 250 ਦੇ ਅਰਾਊਂਡ ਬੰਦਾ ਉਹਦੇ ਵਿੱਚ ਹੈਗਾ ਵੀ ਅਸੀਂ ਸਾਰਾ ਈਵਨਿੰਗ ਤੱਕ ਅਸੀਂ ਸਾਰਾ ਆਸੇ ਪਾਸੇ ਦਾ ਏਰੀਆ ਕਵਰ ਕਰਾਂਗੇ। ਕੋਤਵਾਲੀ ਡੀ ਡਿਵੀਜ਼ਨ ਸੀ ਡਿਵੀਜ਼ਨ ਸਾਰੀਆਂ ਜਿਹੜੀਆਂ ਗਲੀਆਂ ਹੈਗੀਆਂ ਉੱਥੇ ਗਸ਼ਤ ਵੀ ਕੱਢੀ ਜਾਏਗੀ ਅਤੇ ਬਾਕੀ ਜਿਹੜੇ ਰਸਤੇ ਦੇ ਵਿੱਚ ਹੋਟਲ ਕੋਈ ਸਰਾਹ ਪੈਂਦੀ ਉਹਨਾਂ ਦੀ ਵੀ ਅਸੀਂ ਨਾਲ ਚੈਕਿੰਗ ਕਰਾਉਂਗੇ। ਸਰ ਰਾਤੀ ਕੁਛ ਮੁੰਡੇ ਵੀ ਚੁੱਕੇ ਗਏ ਸੀ ਕਿਹੜੇ ਮਾਰਚ ਕਰਦੇ ਪਏ ਸੀ ਤਰਪਾਨਾਂ ਵਗੈਰਾ ਫੜੇ ਵੀ ਉਹ ਦੂਸਰੇ ਜ਼ੋਨ ਦੇ ਵਿੱਚ ਹੋਇਆ ਸੀਗਾ ਜੀ। ਬਿਲਕੁਲ ਉਹ ਜਿਹੜਾ ਲੜਾਈ ਝਗੜੇ ਕਰ ਰਹੇ ਸੀ ਕਿਤੇ ਉਹ ਖਬਰਾਈ ਸੀ ਕਿ ਉਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ। ਸਰ ਅੰਮ੍ਰਿਤਪਾਲ ਦੇ ਕਾਰਨੀ ਜਿਵੇਂ ਜਥੇਬੰਦੀਆਂ ਰਾਤੀ ਕਿਰਪਾਨਾਂ ਸਮੇਂ ਨਜ਼ਰ ਆਈਆਂ ਸੀ ਕੁਝ ਪੁਲਿਸ ਮੁਲਾਜ਼ਮਾਂ ਨੇ ਮੁੰਡੇ ਵੀ ਚੁੱਕੇ ਹੈਗੇ। ਉਹ ਜਿਹੜੀ ਉਹਦੇ ਵਿੱਚ ਸੀਗਾ ਕਿ ਲੜਾਈ ਝਗੜੇ ਕਰਦੇ ਸੀ ਬਿਲਕੁਲ ਉਹਨਾਂ ਨੂੰ ਚੁੱਕਿਆ ਹੈਗਾ ਅਤੇ ਉਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ। ਸਰ ਕੁਝ ਪੱਤਰਕਾਰ ਵੀ ਚੁੱਕੇ ਗਏ ਨੇ ਅਜੇ ਤੱਕ ਉਹਦੇ ਘਰਦਿਆਂ ਨੂੰ ਦੱਸਣ ਨਹੀਂ ਜਾ ਰਿਹਾ ਇਹ ਕਿੱਥੇ ਖੜਿਆ ਗਿਆ ਵਾ ਫੇਸਬੁੱਕ 57 ਕਰਕੇ ਕਿਸੇ ਨੇ ਕੁਛ ਕੀਤਾ ਗਿਆ ਨਹੀਂ। ਜਿੰਨੇ ਵੀ ਰਾਤ ਰਾਊਂਡ ਅਪ ਹੋਏ ਸਭ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਹੋਇਆ। ਬਾਕੀ ਤੁਸੀਂ ਜਿਹੜਾ ਇਹ ਇਨਫੋਰਮੇਸ਼ਨ ਪੱਤਰਕਾਰ ਕਹਿ ਰਹੇ ਇਹਦੇ ਬਾਰੇ ਸਾਨੂੰ ਕੀ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ? ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਸ਼ਾਂਤੀ ਬਣਾਈ ਰੱਖਣ। ਅਸੀਂ ਫੋਰਸ ਪੂਰੀ ਲਗਾਈ ਹੈ, ਫੋਰਸ ਪੂਰੀ ਮੁਸਤੈਦ ਹੈਗੀ ਅਤੇ ਕੋਈ ਵੀ ਗੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ।